ਇਹ ਕਾਉਂਸਲਿੰਗ ਦਾ ਹੀ ਕੁਐਸਚਨ ਨਹੀਂ ਹੈ, ਇਹ ਜ਼ਿੰਦਗੀ ਦਾ ਵੀ ਕੁਐਸਚਨ ਹੈ, ਪਰ ਇੱਥੇ ਕਾਉਂਸਲਿੰਗ ਦੀ ਹੀ ਗੱਲ ਕਰਾਂਗੇ। ਮੈਨੂੰ ਹੁਣ ਅਤੇ ਅੱਗੇ ਕੀ ਕਰਨਾ ਚਾਹੀਦਾ ਹੈ? ਹੁਣ ਤੁਹਾਡੀ ਸਿਚੁਏਸ਼ਨ ਹੈ, ਇਸ ਵੀਡੀਓ ਵਿੱਚ ਸਾਰੇ ਕੇਸ ਦੀ ਡਿਵੀਜ਼ਨ ਕਰਕੇ ਸਾਹਮਣੇ ਰੱਖਾਂਗਾ। ਤੁਸੀਂ ਕਿਸੇ ਵੀ ਹਾਲਤ ਵਿੱਚ ਹੋ, ਤੁਸੀਂ ਕੀ ਕਰਨਾ ਹੈ ਉਸ ਲਈ। ਆਹ ਦੇਖੋ, ਇਹ ਮੈਂ ਕਿਉਂ ਬਾਰ ਬਾਰ ਲਿਖਦਾ ਹਾਂ, ਮੇਰੇ ਅੰਦਰ ਹੁੰਦਾ ਹੈ ਕਿਉਂਕਿ ਤੁਸੀਂ, ਤੁਹਾਡੀ ਚਿੰਤਾ ਵਧੀ ਹੁੰਦੀ ਹੈ, ਤੁਸੀਂ ਅਣਿੰਦੇ ਵਿੱਚ ਰਾਤ ਕੱਟਦੇ ਹੋ, ਫੋਨ ਆਉਂਦੇ ਹੋ। ਮੈਂ ਚਾਹੁੰਦਾ ਹਾਂ ਕਿ ਚਿੰਤਾ ਨਾ ਕਰੀਏ, ਚਿੰਤਨ ਕਰ ਲਈਏ, ਸਮਝ ਲਈਏ, ਮਤਲਬ ਇਨਫੋਰਮੇਸ਼ਨ ਨੂੰ ਸਹੀ ਸਮਝ ਲਈਏ। ਜਦੋਂ ਸਾਨੂੰ ਸਮਝ ਆਉਂਦੀ ਹੈ, ਸਾਡੀ ਚਿੰਤਾ ਘੱਟ ਜਾਂਦੀ ਹੈ, ਔਰ ਰਿਲੈਕਸ ਹੋ ਕੇ ਅਸੀਂ ਬੈਟਰ ਡਿਸੀਜ਼ਨ ਲੈ ਪਾਉਂਦੇ ਹਾਂ, ਹੈ ਨਾ। ਮੈਂ ਵੈਸੇ ਹੀ ਨਹੀਂ ਬੋਲਦਾ ਕਿ ਚਿੰਤਾ ਨਾ ਕਰੋ, ਚਿੰਤਾ ਨਾ ਕਰੋ। ਸੋ ਖੈਰ, ਜੇ ਚਿੰਤਾ ਘਟਣੀ ਕਿੱਦਾਂ ਹੈ, ਉਹ ਇੱਕ ਤਰ੍ਹਾਂ ਹੀ ਘਟਣੀ ਹੈ ਕਿ ਜੇ ਸਾਨੂੰ ਸਹੀ ਪਤਾ ਲੱਗ ਜਾਵੇ ਕਿ ਜਾਣਕਾਰੀ ਕੀ ਹੈ। ਜਾਣਕਾਰੀ ਨੂੰ ਮੈਂ ਡਿਵਾਈਡ ਕੀਤਾ ਹੈ ਸੀਟਸ। ਫਸਟ ਕਾਉਂਸਲਿੰਗ ਇੱਥੇ ਲਿਖਿਆ ਜਾ ਸਕਦਾ ਹੈ, ਇੱਕ ਚੀਜ਼ ਨੂੰ ਹੋਰ ਲਿਖ ਲਵਾਂ ਕਿ ਸੀਟਸ ਇੱਥੇ ਲਿਖ ਲਾਂ, ਕਲਰ ਕੋਈ ਹੋਰ ਕੋਈ ਲੈ ਲੈਂਦੇ ਹਾਂ, ਇਹ ਵਾਲਾ ਇਹ ਲੈ ਲਿਆ। ਓਕੇ, ਸੀਟ ਹਰ ਕੇਸ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ। ਤੁਸੀਂ ਉਹ ਪਰਸਨ ਦੀ ਮੈਂ ਗੱਲ ਕਰ ਰਿਹਾ ਹਾਂ ਜਿਹਨਾਂ ਨੇ ਔਨਲਾਈਨ ਕਾਉਂਸਲਿੰਗ ਪ੍ਰੋਸੀਜਰ ਵਿੱਚ ਸ਼ਾਮਲ ਹੋਏ ਨੇ, ਉਹਨਾਂ ਨੇ ਐਂਟਰੈਂਸ ਟੈਸਟ ਦਿੱਤਾ ਹੈ, ਰਿਜ਼ਲਟ ਆ ਚੁੱਕਾ ਹੈ। ਮੈਨੇਜਮੈਂਟ ਕੋਟੇ ਵਾਲਿਆਂ ਦੀ, ਜਿਨ੍ਹਾਂ ਨੇ ਇਹ ਪ੍ਰੋਸੀਜਰ ਸ਼ਾਮਲ ਨਹੀਂ ਹੋਏ, ਟੈਸਟ ਨਹੀਂ ਦਿੱਤਾ, ਉਹਨਾਂ ਦੀ ਬਾਅਦ ਵਿੱਚ ਗੱਲ ਕਰਦੇ ਹਾਂ। ਜਾਂ ਤਾਂ ਸੀਟ ਤੁਹਾਨੂੰ ਅਲਾਟ ਹੋ ਗਈ ਹੈ, ਨੰਬਰ ਇੱਕ, ਜਾਂ ਅਲਾਟ ਨਹੀਂ ਹੋਈ। ਇਹ ਵੱਖਰੇ ਵੀਡੀਓ ਵਿੱਚ ਦੱਸ ਦਿੰਦਾ ਹਾਂ ਕਿ ਨਾ ਅਲਾਟ ਹੋਣ ਦੇ ਕੀ ਕਾਰਨ ਹਨ, ਪਰ ਇੱਥੇ ਸਿੰਪਲ ਉਹਨਾਂ ਲਈ ਆਨਸਰ ਹੈ ਕਿ ਜੇਕਰ ਅਲਾਟ ਨਹੀਂ ਹੋਈ, ਉਹਨਾਂ ਲਈ ਇੱਕੋ ਇੱਕ ਜੋ ਆਨਸਰ ਹੈ, ਸੈਕਿੰਡ ਸੀ, ਜਿੱਥੇ ਜਿੱਥੇ ਮੈਂ ਸੈਕਿੰਡ ਸੀ ਲਿਖਿਆ ਹੋਏਗਾ, ਇਟ ਮੀਨਸ ਉਹ ਪੋਜੀਸ਼ਨ ਵਾਲੇ ਬੱਚੇ ਨੂੰ ਸੈਕਿੰਡ ਕਾਉਂਸਲਿੰਗ ਵਿੱਚ ਜਾਣਾ ਪਏਗਾ। ਸੋ ਜਿਹਨਾਂ ਨੂੰ ਨਾਟ ਅਲੋਟ ਹੋਈ, ਕੋਈ ਨਹੀਂ ਹੈ, ਕਈ ਕਾਰਨ, ਅਸੀਂ ਸਾਡੀ ਚੋਇਸ ਫੀਲਿੰਗ ਦੇ ਕਰਕੇ ਸਾਨੂੰ ਅਲੋਟ ਨਹੀਂ ਹੋਈ, ਔਰ ਸੈਕਿੰਡ 'ਚ ਆਰਾਮ ਨਾ ਹੋ ਜਾਏਗੀ। ਔਰ ਹੌਸਲਾ ਦੇਣ ਲਈ, ਸਿਰਫ ਇੱਥੇ ਜਿਹੜੀ ਗੱਲ ਲਿਖੀ ਸੀ ਉਸਨੂੰ ਸਾਬਤ ਕਰਨ ਲਈ, ਥਰਡ ਪ੍ਰੋਸੀਜਰ ਕਾਉਂਸਲਿੰਗ ਯੂਨੀਵਰਸਿਟੀ ਨੂੰ ਵੱਲੋਂ ਨਹੀਂ ਹੋਏਗੀ, ਥਰਡ ਵਿੱਚ ਵੀ ਆਸਰਾ, ਸ਼ਾਇਦ ਸਭ ਤੋਂ ਵੱਧ ਆਸਰਾ ਥਰਡ ਵਿੱਚ ਮਿਲ ਜਾਣਾ ਹੈ। ਸੋ ਇਹਨਾਂ ਨੇ, ਜਿਹਨਾਂ ਨੂੰ ਅਲਾਟ ਨਹੀਂ ਹੋਈ, ਸੈਕਿੰਡ ਕਾਉਂਸਲਿੰਗ ਵਿੱਚ ਜਾਣਗੇ। ਸੈਕਿੰਡ ਕਾਉਂਸਲਿੰਗ ਦੀ ਵੀਡੀਓ ਇਸ ਦੇ ਬਾਅਦ ਨਾਲ ਹੀ ਆ ਜਾਏਗੀ। ਜੋ ਅਲਾਟ ਹੋ ਚੁੱਕੀ ਹੈ, ਉਹਨਾਂ ਨੇ ਚੋਇਸ ਫਿਲ ਕੀਤੀ ਸੀ, ਚੋਇਸ ਉਹਨਾਂ ਨੂੰ, ਜਿਹਨਾਂ ਨੂੰ ਪਹਿਲੀ ਚੋਇਸ ਮਿਲ ਗਈ ਹੈ, ਉਸ ਦੀ ਗੱਲ ਕਰਨ ਲੱਗੇ ਹਾਂ। ਮੰਨ ਲਓ 10 ਚੋਇਸਿਸ ਫਿਲ ਕੀਤੀਆਂ ਹਨ, ਇੱਕ ਉਹ ਕੇਸ ਹਨ ਜਿਹਨਾਂ ਨੂੰ ਫਸਟ ਚੋਇਸ ਮਿਲ ਗਈ ਹੈ। ਫਸਟ ਚੋਇਸ ਮਿਲਣ ਵਾਲਿਆਂ ਦਾ ਅੱਗੇ ਆਪਸ਼ਨ ਹੈ ਕਿ ਉਹ ਕੀ ਕਰਦੇ ਨੇ, ਔਰ ਸੈਕਿੰਡ, ਥਰਡ, ਫੋਰਥ, ਫਿਫਥ ਵਾਲਿਆਂ ਨੂੰ ਜਿਹੜੀ ਆਪਸ਼ਨ ਮਿਲੀ ਹੈ ਚੋਇਸ ਅਲੋਟ, ਕਾਲਜ ਅਲੋਟ ਹੋ ਗਿਆ ਹੈ, ਉਹਨਾਂ ਨੇ ਕੀ ਕਰਨਾ ਹੈ? ਫਸਟ ਵਾਲਿਆਂ ਨੇ ਕੀ ਕਰਨਾ ਹੈ? ਉਹ ਕਾਲਜ ਜਿਹੜਾ ਵੀ ਉਹਨਾਂ ਨੂੰ ਅਲੋਟ ਹੋਇਆ ਹੈ, ਜਾਂ ਤਾਂ ਉਹਨਾਂ ਸੈਟਿਸਫਾਈ ਨੇ, ਬੜੀ ਅਜੀਬ ਗੱਲ ਹੈ, ਜਿਹੜੀ ਫਸਟ ਕਾਉਂਸਲਿੰਗ 'ਚ ਫਸਟ ਪ੍ਰੈਫਰੈਂਸ ਭਰੀ ਸੀ, ਉਸ ਦੇ ਬਾਵਜੂਦ ਵੀ ਅਸੀਂ ਦੋ ਆਪਸ਼ਨ ਹੈ ਸਾਡੇ ਕੋਲ, ਜਾਂ ਤਾਂ ਸੈਟਿਸਫਾਈ ਹੋ ਗਏ ਹਾਂ ਜਾਂ ਨਹੀਂ ਹੋਏ। ਜੇ ਸੈਟਿਸਫਾਈ ਹੋਏ ਹੋ, ਤੁਸੀਂ ਕਾਲਜ ਜਾਂਦੇ ਹੋ, ਡਾਕੂਮੈਂਟ ਲੈ ਕੇ ਜਾਂਦੇ ਹੋ, ਇਨਕੁਆਇਰੀ ਕਰਦੇ ਹੋ, ਸਭ ਕੁਛ ਪੁੱਛਣਾ ਹੈ, ਫੀਸ, ਚਾਰਜਿਸ, ਹੋਸਟਲ, ਬੱਸ ਚਾਰਜਿਸ, ਆਉਣ ਜਾਣ ਦਾ ਡਿਸਟੈਂਸ, ਇਨਵਾਇਰਮੈਂਟ, ਵਟ ਐਵਰ, ਪਿਛਲੇ ਵੀਡੀਓ 'ਚ ਸਭ ਕੁਛ ਡਿਸਕਸ ਹੋ ਚੁੱਕਾ ਹੈ। ਉਸ ਤੋਂ ਬਾਅਦ ਤੁਸੀਂ ਸੈਟਿਸਫਾਈ ਹੁੰਦੇ ਹੋ, ਡਾਕੂਮੈਂਟ ਵੈਰੀਫਾਈ ਕਰਕੇ, ਐਲੀਜੀਬਿਲਟੀ, ਮੇਜਰ ਅਤੇ ਮਾਈਨਰ ਸਬਜੈਕਟ ਅਵੇਲੇਬਿਲਟੀ ਤੁਸੀਂ ਪੁੱਛਣੀ, ਹਰ ਹਾਲਤ 'ਚ ਪੁੱਛਣੀ ਹੈ। ਔਰ ਜੇ ਤੁਹਾਨੂੰ ਮਨਪਸੰਦ ਦਾ ਮਿਲਦਾ ਹੈ, ਨਹੀਂ ਮਿਲਦਾ ਤਾਂ ਮੈਨੂੰ ਫੋਨ 'ਤੇ ਤੁਸੀਂ ਪੁੱਛ ਸਕਦੇ ਹੋ, ਮੈਂ ਲੇਟ ਬੈਕ ਕਾਲ ਕਰ ਲੈਂਦਾ ਹਾਂ। ਸੈਟਿਸਫਾਈ ਹੋਣ ਤੋਂ ਬਾਅਦ ਤੁਸੀਂ ਪ੍ਰੋਸਪੈਕਟ ਖਰੀਦਦੇ ਹੋ, ਫੀਸ ਪੂਰੀ ਤਰ੍ਹਾਂ ਪਤਾ ਕਰਕੇ, ਜਦੋਂ ਸੈਟਿਸਫੈਕਸ਼ਨ ਹੁੰਦੀ ਹੈ, ਫੀਸ ਜਮ੍ਹਾਂ ਕਰਾ ਦਿੰਦੇ। ਇਹ ਉਹ ਕੈਟਾਗਰੀ ਬਣੀ ਕਿ ਜਿਹੜੇ ਪਹਿਲੀ ਕਾਉਂਸਲਿੰਗ ਵਿੱਚ ਖੁਸ਼ੀ ਖੁਸ਼ੀ ਨਿਕਲ ਗਏ। ਇਹਨਾਂ ਨੇ ਕੀ ਕਰਨਾ ਹੈ? ਇਹਨਾਂ ਨੇ ਅੱਗਿਓਂ, ਜੇ ਇਹ ਚਾਹੁੰਦੇ ਨੇ, TET, ਟੀਚਰ ਐਲੀਜੀਬਿਲਟੀ ਟੈਸਟ, PSTET ਔਰ CTET, ਕੁਛ ਵੀ ਦਸੰਬਰ ਵਿੱਚ ਆਉਣੇ ਨੇ, ਇਹ ਉਹਦੀ ਤਿਆਰੀ ਸ਼ੁਰੂ ਕਰ ਸਕਦੇ ਨੇ। ਆਪਾਂ ਨਾਲ ਨਾਲ, ਮੈਂ ਕਰ ਰਿਹਾ ਹਾਂ, ਜੇ ਇੱਛਾ ਹੋਵੇ ਨਾਲ ਜੁੜ ਸਕਦੇ ਹੋ, ਅਦਰਵਾਈਜ਼ ਹੋਰ ਅੱਛੇ ਚੈਨਲ ਨੇ, ਹੋਰ ਮੀਡੀਆ ਹੈ, ਸੈਲਫ ਸਟੱਡੀ ਹੈ, ਸਭ ਕੁਝ ਦੱਸ ਦਾਂਗਾ, ਜੋ ਜਿਵੇਂ ਜੀ ਕਰਨਾ ਤੁਸੀਂ ਕਰੋ, ਪਰ TET ਵੱਲ ਜੁੜ ਜਾਈਓ। ਉਸ ਤੋਂ ਬਾਅਦ ਜੋਬ ਦੀ ਐਲੀਜੀਬਿਲਟੀ ਕਿਸਦਾ ਬਣਾਉਣੀ ਹੈ, ਸਿਲੈਕਸ਼ਨ ਟੈਸਟ ਕਿੱਦਾਂ ਕਰਨਾ ਹੈ, ਇਹ ਉਹ ਕੈਟਾਗਰੀ ਹੈ। ਦੂਸਰੀ, ਕਿ ਜਿਨ੍ਹਾਂ ਨੂੰ ਫਸਟ ਪ੍ਰੈਫਰੈਂਸ ਮਿਲੀ ਸੀ ਲੇਕਿਨ ਉਹ ਸੈਟਿਸਫਾਈ ਨਹੀਂ ਨੇ। ਕਈ ਵਾਰੀ ਹੋਇਆ ਕਿ ਇੱਕ ਮੈਨੂੰ ਫੋਨ ਆਇਆ ਕਿ ਜੀ, ਪਹਿਲਾਂ 35,000, 37,000 ਜੋ ਵੀ ਫੀਸ ਸੀ ਉਹਨਾਂ ਦੀ ਸਮੈਸਟਰ ਦੀ, ਕਾਲਜ ਦਾ ਨਾਮ ਨਹੀਂ ਲਵਾਂਗਾ, ਔਰ ਪਹਿਲਾਂ ਉਹ ਕਹਿੰਦੇ ਇੰਸਟਾਲਮੈਂਟ 'ਚ ਦੇ ਦਈਓ, ਯੂਨੀਵਰਸਿਟੀ ਵੱਲੋਂ, ਗੌਰਮੈਂਟ ਵੱਲੋਂ ਵੀ ਇੰਸਟਾਲਮੈਂਟ 'ਚ ਆਇਆ, ਅਤੇ ਹੁਣ ਕਹਿੰਦੇ ਨਹੀਂ, ਟੋਟਲ ਫੀਸ ਜਮ੍ਹਾਂ ਕਰਵਾਓ, ਅਤੇ ਉਹ ਬੱਚਾ ਡਿਸਸੈਟਿਸਫਾਈ ਹੋ ਗਿਆ। ਸੋ ਡਿਸਸੈਟਿਸਫਾਈ ਹੋਣ ਦੇ ਕਾਰਨ ਫੀਸ ਵੀ ਹੋ ਸਕਦਾ ਹੈ। ਅੱਛਾ, ਆਉਣ ਜਾਣ ਲਈ ਬੱਸ ਸਰਵਿਸ, ਇਹ ਜੋ ਮੈਨੂੰ ਫੋਨ ਆਈ, ਮੈਂ ਉਹੀ ਲਿਖ ਰਿਹਾ ਹਾਂ, ਬੱਸ ਸਰਵਿਸ ਵੀ ਹੋ ਸਕਦਾ ਹੈ। ਅੱਛਾ, ਉੱਥੇ ਦਾ ਮਾਹੌਲ ਵੀ ਹੋ ਸਕਦਾ ਹੈ, ਮੇਜਰ ਅਤੇ ਮਾਈਨਰ ਸਬਜੈਕਟ ਵੀ ਹੋ ਸਕਦਾ ਹੈ, ਵਟ ਐਵਰ ਕੋਜ਼ ਇਜ਼, ਤੁਸੀਂ ਪਹਿਲਾਂ ਪ੍ਰੈਫਰੈਂਸ ਭਰ ਲਈ ਸੀ ਪਰ ਜਾ ਕੇ ਪਤਾ ਲੱਗਾ ਕਿ ਮੈਂ ਉੱਥੇ ਸੈਟਿਸਫਾਈ ਨਹੀਂ ਹਾਂ।
कई बारी एटीट्यूड दी प्रॉब्लम भी आ जाती है। तो फिर तुसी हुण वो कॉलेज जिहड़ा है फस्ट प्रेफरेंस मिली है वो लेना नहीं चाहते, तुसी उनू रिपोर्ट नहीं किया। रिपोर्ट ना करन दा मतलब ये है कि तुसी फीस डिपॉजिट नहीं कराई। जे फीस डिपॉजिट नहीं कराई तो उन्होंने ऑनलाइन, मैं बाद विच दिखा दिना हाँ, कल वीडियो दस्या सी कि जिहड़ा कॉलेज का पोर्टल है वो लास्ट इत्थे लिखा है कि बच्चे ने रिपोर्ट कर दिता है, नहीं तो पेंडिंग लिखा होएगा। जो पेंडिंग रह जाती है इट मीन जो सीट खाली चल गई तो सीट नू सेकंड काउंसलिंग फिल किया जाएगा। अदरवाइज कॉलेज ने ऑनलाइन ही परसों तक 26 तरीक तक, 26 तो मन नहीं ना जो भी लास्ट डेट है, उत्थे तक क्लिक कर देना है कि यस ये सीट साड़ी फिल हो गई है। ठीक, ये इनफॉर्मेशन अगे जाके भी साढ़े काम आनी है। हुण कोई कोई भी कारण बनया है तुसी वो सैटिस्फाई नहीं हो, कोई प्रॉब्लम नहीं है, तुसी भी सैकेंड काउंसलिंग जाओगे। पर क्योंकि तुहाडी फस्ट प्रैफरेंस सी उही यूनिवर्सिटी ने तुहानू दित्ती है ते उहदे विच बाद च तुहानू डिससैटिस्फैक्शन हुई है, दैट इज़ वाई मैक्सिमम प्रोबेबिलिटी इज़ कि तुहानू 1000 पे करना पएगा। वो बच्चे जिन्हां नू फस्ट प्रैफरेंस मिली सी और उन्होंने हुण शिफ्ट जिहड़ा सैकेंड काउंसलिंग जाना चाहुंदे आ, बेशक उन्होंने जिहड़ा है कॉलेज नू रिपोर्ट नहीं किया है ना, इत्थे रिपोर्ट किया ना किया एक बराबर हो जाता है क्योंकि फस्ट प्रैफरेंस तुहानू मिली सी, तां उन्होंने 1000 रुपया पे करना पै सकता है। मेरी जानकारी मुताबक जिस तरह की लिखा है ज पिछली बार जिवें होया सी वो दस रहा हाँ। सो कोई प्रॉब्लम नहीं है, तुसी अगली प्रैफरेंस अच्छी तरह देखो जिहड़े कॉलेज करना है, तो तुसी ये आंसर दे दें कि अलग तो वीडियो बना दाँगा कि हर हालत में नवी चॉइसिस सैकेंड काउंसलिंग फिल की जानी है। वापस लिए हो गया जिन्होंने पहली चॉइस मिली सी उहदियां डिवीजन, दूसरा कि जिन्हों दूसरी मतलब पहली नहीं मिली, दूजी तीजी चौथी पंजवीं छेवीं मिली, उन्होंने दो डिवीजन बनदियां हन। एक तो वह कि उस जी दूजी मिली सी तो वह कॉलेज गए सैटिस्फाई हो गए, सब कुछ उन्होंने पूछा फीस बस सर्विस है ना, होस्टल रहन दा आन जान दा मेजर माइनर कॉलेज एनवायरमेंट अटेंडेंस है ना, फाइन तो नहीं पाते कुछ इस तरह, तंग तो नहीं करते, एक्सट्रा तो नहीं बाद च मंगते, कॉलेज फीस है, यूनिवर्सिटी फीस है, अपने रिटर्न है, वह सारा कुछ वगैरह है ना। तो इस कर सैटिस्फाई होने तो बाद देखो ऐदा पॉसीबल है कि तुहाडी फस्ट प्रैफरेंस नहीं सी, कई बार पहला प्यार जिहड़ा है वह तो सानू खुशी नहीं मिलती, वह बाद च दुख दे जांदा है। कई बार दूजा प्यार जिहड़ा हुंदा है एक तो वैसे गाना है ना, दूजी बार भी तेरे नाल होया सज्जना, यह भी गुल अच्छी अजे हो गया। प्यार तो प्यार है, प्यार 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 तो बिना गुजारा ही नहीं है पर जिहड़ा दुख दे रहा है वह प्यार नहीं हो सकता, इह ते बाद च गल करांगे जिहड़ा जिहड़ा दुख च ही रखे, जिस च तुहाडा दुख ही वधी जावे वो प्यार नहीं होएगा, उन्हूं क्वेश्चन मार्क लाओ तो रीकनसिडर करो। हुण दूसरा है इन्हां नूं दूसरे विच सैटिस्फैक्शन पहला मिलिया नहीं, दूजा मिलिया, दूजे च सैटिस्फैक्शन मिली, जिंदगी च अजिहा हो सकता है, अजिहा होया है कईआं दी पहली मैरिज तो नहीं दूजी मैरिज तो सच्ची संतुष्टि खुशी मिल जाती है, रियलिटी है। सो मिल गई है तो सारा कुछ मिल गया है, फीस जमा कराती है, फीस जमा करा दिती है, तां फीस जमा करवाने तो बाद तुसी उस कॉलेज विच दे नुमाइंदे हो गए। इत्थे पेंडिंग जिहड़ा लिखिया सी इत्थे उस कैटागरी दी तुहाडी सीट जिहड़ी सी उन्होंने कहता कि फिल हो गई, तुहाडी इनफॉर्मेशन यूनिवर्सिटी चल गई, तुहाडा सारा डाटा चल गया है। हो सकता है देखो दूजा प्यार है और दूजे प्यार शुरू शुरू बहुत अच्छा लगा, मज़ा आया, लेकिन बाद विच तुहानू पता लगा यार इत्थे आ प्रॉब्लम है एंड यू वांट टू चेंज। देखो सैटिस्फैक्शन तो बाद ये 2-3 दिनों दे विच भी 4 दिनों दे विच विच यू वांट टू चेंज कि मैं यार ये वाले नहीं रहना, कई ने इस रह लेना, कई ने नहीं रहना, जे नहीं रहना तो तुहाडे लई क्योंकि तुसी रिपोर्ट कर चुके हो, तुसी फीस जमा करा चुके हो, इसलिए तुहाडे लई सैकेंड काउंसलिंग लई दरवाजे फिर खुले हैं और तुहानू कहा जाएगा शिफ्टिंग। शिफ्टिंग ते अलग वीडियो बना दांगा, बार बार वैसे दस चुका हाँ फिर भी बना दांगा, और तुहाडी 1000 फीस पे करनी पेगी, वो वीडियो अलग से देख लेना। सो इत्थे दरवाजे फिर तुहाडे खुले हैं। दूसरा है कि जिहड़े कि सैकेंड थर्ड फोर्थ मिली सी लेकिन वो उत्थे गए सारा क्वेश्चन पूछे सैटिस्फाई नहीं होए, और उन्हां लई सीधी सैकेंड काउंसलिंग है, इत्थे मैं लिख रहा हाँ 1000 रुपया इन्हां दा, हजे तक मेरी जानकारी मुताबक इन्हों का 1000 रुपया नहीं लगना, इन्हों का 1000 रुपया लगना है। फस्ट वालियां दा जे फस्ट प्रैफरेंस वाले जे चेंज कराना चाहते ने है ना तो फिर भी उन्हों का 1000 रुपया लगना है, इस गल नूं समझ लेना। सो हुण जिहड़े उन्हां दी गल करांगे जिहड़े शिफ्ट चेंज कराना चाहते ने, वह कोई भी ए वाला केस होवे, ए वाला केस होवे, जे कोई भी जिहड़े शिफ्ट कराना चाहते, चेंज कराना चाहते, रिपोर्टड
ਜਿਹੜਿਆਂ ਨੇ ਰਿਪੋਰਟ ਕਰਤੀ ਉਹ ਚੇਂਜ ਕਰਾਉਣਾ ਚਾਹੁੰਦੇ ਉਹਨਾਂ ਲਈ ਸ਼ਿਫਟਿੰਗ ਵਰਡ ਹੈ, ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤੀ ਉਹ ਸੈਕਿੰਡ ਕਾਉਂਸਲਿੰਗ 'ਚ ਪਾਰਟਿਸਪੇਟ ਕਰ ਰਹੇ ਨੇ। ਸੈਕਿੰਡ ਕਾਉਂਸਲਿੰਗ ਵਿੱਚ ਤੁਸੀਂ ਉਸੇ ਤਰ੍ਹਾਂ ਚੁਆਇਸਿਸ ਫਿਲ ਕਰਨੀ ਹੈ, ਨਵੀਂ ਚੁਆਇਸਿਸ ਫਿਲ ਕਰ ਸਕਦੇ ਹੋ, ਪੁਰਾਣੀ ਵੀ, ਇਟ ਮੀਨਸ 100% ਤੁਸੀਂ ਫ੍ਰੀ ਹੋ। ਅਗਲੀ ਗੱਲ ਕਿ ਕਰਨਾ ਤੁਹਾਨੂੰ ਕੀ ਹੈ, ਮੈਂ ਰੈੱਡ ਲਾਈਨ ਇੱਦਾਂ ਕੀਤੀ ਹੈ, ਡਾਟਾ ਕਲੈਕਟ ਕਰਨਾ ਹੈ। ਹਾਏ ਮੈਂ ਕਿਹਾ ਸੀ ਨਾ ਚਿੰਤਾ ਨਹੀਂ ਕਰਨੀ, ਡਾਟਾ ਕਲੈਕਟ ਕਰਨਾ ਹੈ। ਡਾਟਾ ਹੈਲਪ ਕਰਦਾ, ਡਾਟਾ ਮੀਨ ਇਨਫੋਰਮੇਸ਼ਨ ਕਲੈਕਟ ਕਰਨੀ ਹੈ। ਇਨਫੋਰਮੇਸ਼ਨ ਕਿੱਦਾਂ ਕਲੈਕਟ ਕਰਨੀ ਹੈ, 28 ਤਰੀਕ ਨੂੰ ਉਹਨਾਂ ਕਾਲਜਿਸ ਨੇ ਜਿੱਥੇ ਤੁਸੀਂ ਪ੍ਰੈਫਰੈਂਸ ਰੱਖਦੇ ਹੋ, 2-3-4 ਕਾਲਜ ਹੋਣਗੇ ਨਾ, ਨੇੜੇ ਦੂਰ ਹੋ ਸਕਦੇ ਨੇ, ਜਿਹੜੇ ਨੇੜੇ ਹੈ ਜਾ ਸਕਦੇ ਹੋ, ਜਾ ਕੇ ਜੇ ਚਿੰਤਾ ਜ਼ਿਆਦਾ ਹੈ, ਠੀਕ, 28 ਤਰੀਕ ਨੂੰ ਉਹਨਾਂ ਕੋਲ ਇਹ ਸਾਰੀ ਇਹ ਵਾਲੀ ਲਿਸਟ ਜਿਹੜੀ ਹੈ ਟਿੱਕ ਹੋ ਜਾਣੀ ਹੈ ਕਿ ਸਾਡੇ ਜਿਹੜੀਆਂ ਸੀ ਮਤਲਬ 70% ਸੀਟਾਂ ਜਿਹੜੀਆਂ ਆਹ ਵਾਲੀਆਂ ਅਲੋਟ ਹੋਈਆਂ ਸੀ, ਲੇਕਿਨ ਉਹਦੇ ਵਿੱਚੋਂ 40% ਨੇ ਰਿਪੋਰਟ ਕੀਤਾ ਹੈ, ਲਗਭਗ ਇੰਨੇ ਹੀ ਕਰਦੇ ਨੇ, ਕਈ ਵਾਰ ਇਸ ਤੋਂ ਭਰਦੇ ਆ, 50 ਵੀ ਕਰ ਸਕਦੇ ਨੇ। 30% ਜਿਹੜੀਆਂ ਸੀਟਾਂ ISSS ਦੀਆਂ 30% ਖਾਲੀ ਰਹਿ ਗਈਆਂ ਹਨ, ਉਹ ਤੁਸੀਂ ਇਹ ਦੇਖਣਾ ਹੈ, ਇਹ ਇੱਥੇ ਡਾਟਾ ਕਲੈਕਸ਼ਨ, ਤੁਸੀਂ ਇਹ ਦੇਖਣਾ ਹੈ, ਮੈਂ ਇੱਥੇ ਲਿਖਣ ਲੱਗਾ, ਤੁਹਾਡੇ ਸਬਜੈਕਟ ਦੀ, ਮੇਜਰ ਸਬਜੈਕਟ ਦੀ ਔਰ ਤੁਹਾਡੀ ਕੈਟਾਗਰੀ ਦੀ, ਇਹ ਦੋ ਚੀਜ਼ਾਂ ਮੇਨ ਹੈ, ਔਰ ਤੁਹਾਡੇ ਕੋਟੇ ਦੀ 85% ਵਿੱਚ, ਹੈ ਨਾ, ਇਹ ਤੁਹਾਡੀ ਕਿੰਨੀਆਂ ਸੀਟਸ ਖਾਲੀ ਨੇ, ਤੁਹਾਡੀ ਕੈਟਾਗਰੀ ਸਬਜੈਕਟ ਕੈਟਾਗਰੀ ਔਰ ਕੋਟੇ ਦੀ ਕਿੰਨੀਆਂ ਸੀਟਸ ਪੈਂਡਿੰਗ ਪਈਆਂ ਹੈ, ਉਹ ਤੋਂ ਤੁਹਾਨੂੰ ਪ੍ਰੋਬੇਬਿਲਿਟੀ ਪਤਾ ਲੱਗੇਗੀ ਮੇਰੇ ਇੱਥੇ ਮਿਲਣ ਦੇ ਕਿੰਨੇ ਚਾਂਸ ਨੇ। ਬਾਕੀ ਕੱਟ ਆਫ ਦੇਖਣੀ ਹੈ, ਤੁਸੀਂ ਕੱਟ ਆਫ ਦੇਖਣੀ ਹੈ। ਫੋਰ ਐਗਜ਼ਾਮਪਲ, ਇੱਕ ਫੋਨ ਹੁਣੀ ਵੀ ਆਇਆ ਸੀ ਕਿ ਸਰ ਮੇਰੇ 101 ਨੰਬਰ ਨੇ ਅਤੇ ਸਟੇਟ ਕਾਲਜ ਪਟਿਆਲਾ ਵਿੱਚ 102 'ਤੇ ਮੈਰਿਟ ਗਈ ਹੈ, ਕੀ ਮੈਨੂੰ ਮਿਲ ਸਕਦੀ ਹੈ? ਮੈਨੂੰ ਇੰਨਾ ਆਉਂਦਾ ਹੈ ਕਿ ਹਾਈ ਜੀ ਕਰਦਾ ਸਾਰਿਆਂ ਨੂੰ ਬਣਦਾ, ਜਿਹੜੇ ਵਿਚਾਰੇ ਗੌਰਮੈਂਟ ਕਾਲਜ ਜਾਣਾ ਚਾਹੁੰਦੇ ਨੇ, ਗੌਰਮੈਂਟ ਕਾਲਜ ਇੰਨੇ ਘੱਟ ਨੇ ਔਰ ਫੀਸ ਦਾ ਮਾਮਲਾ ਬਣਦਾ ਹੈ। ਸੋ ਮੈਂ ਖੁਦ ਗੌਰਮੈਂਟ ਕਾਲਜ ਪੜ੍ਹਿਆ, ਬੀਐਡ ਐਮਐਡ ਜਲੰਧਰ ਕਾਲਜ ਕੀਤੀ ਹੈ, ਆਹ 100 ਹੈ ਨਾ, ਅਤੇ ਮੰਨ ਲਓ ਉਹ ਕਾਲਜ ਵਿੱਚ 2 ਜਾਣੇ ਰਿਪੋਰਟ ਨਹੀਂ ਕਰਦੇ, ਅਤੇ ਇਸ 101 ਵਾਲੇ ਦੇ ਚਾਂਸਿਸ ਬਣਦੇ ਹੈ, 2 ਰਿਪੋਰਟ ਉਹਦੀ ਕੈਟਾਗਰੀ ਦੇ, ਉਹਦੀ ਹੀ ਸਬਜੈਕਟ ਦੇ, ਉਹ ਉਸੇ 85% ਪੰਜਾਬ ਕੋਟੇ ਦੇ, 2 ਬੱਚੇ ਸੀਟ ਖਾਲੀ ਪਈਆਂ ਹੈ, ਤਾਂ ਪ੍ਰੋਬੇਬਿਲਿਟੀ ਹੈ 101 ਵਾਲੇ ਨੂੰ, ਲਾਸਟ 102 'ਤੇ ਗਈ ਸੀ, ਉਹਦੇ 101 ਨੰਬਰ ਘੱਟ ਹੈ, ਤਾਂ ਪ੍ਰੋਬੇਬਿਲਿਟੀ ਹੈ ਉਹਨਾਂ ਕੋਲ ਸੀਟ ਉੱਥੇ ਮਿਲ ਜਾਏਗੀ। ਸੋ ਇਹ ਡਾਟਾ ਤੁਸੀਂ ਕਲੈਕਟ ਕਰ ਸਕਦੇ ਹੋ, ਜੇ ਨਹੀਂ ਜਾਣਾ, ਦੂਰ ਹੈ, ਇਹ ਸੀ ਮੈਂ ਦੱਸਿਆ, ਜੇ ਕਾਲਜ ਨੇੜੇ ਹੈ ਜਾ ਕੇ ਪਤਾ ਕਰ ਸਕਦੇ ਹੋ, 28 ਨੂੰ ਚਿੰਤਾ ਘੱਟ ਜਾਏਗੀ, ਨੀਂਦ ਆ ਜਾਏਗੀ, ਖਾਣਾ ਅੱਛੀ ਤਰ੍ਹਾਂ ਖਾ ਲਓਗੇ, ਜ਼ਰੂਰੀ ਹੈ, ਤਾਂ ਹੀ ਉਹ ਕੌਸਮਿਕ ਐਨਰਜੀ ਦਾ ਥੈਂਕ ਕਰਨਾ ਹੈ, ਜੇ ਇਹ ਚਿੰਤਨ ਚੱਲਦਾ ਰਿਹਾ ਉਹਦਾ ਥੈਂਕ ਯੂ ਕਿੱਦਾਂ ਕਰਾਂਗੇ। ਇਹ ਹੈ 29 ਤਰੀਕ, 29 ਤਰੀਕ ਨੂੰ, 28 ਨੂੰ ਯੂਨੀਵਰਸਿਟੀ ਸਾਰੇ ਕਾਲਜਾਂ ਨੇ ਇਨਫੋਰਮੇਸ਼ਨ ਦੇ ਦੇਣੀ ਹੈ ਔਨਲਾਈਨ, ਸ਼ਾਮ ਨੂੰ 5 ਵਜੇ ਲੌਕ ਕਰ ਦਿੱਤਾ ਜਾਏਗਾ, ਸਾਰੇ ਕਾਲਜਾਂ ਨੇ ਇਨਫੋਰਮੇਸ਼ਨ ਦੇ ਦੇਣੀ ਹੈ ਕਿ ਸਾਡੀ ਸੀਟ ਭਰ ਗਈ ਹੈ, ਹੈ ਨਾ। ਪ੍ਰਾਈਵੇਟ ਕਾਲਜ ਵਾਲੇ ਕੁਛ ਇਸ ਤਰ੍ਹਾਂ ਕਰ ਵੀ ਲੈਂਦੇ ਨੇ ਕਿ ਵੈਸੇ ਹੀ ਫੀਲਡ ਲਿਖ ਦਿੰਦੇ ਨੇ ਔਰ ਉਹ ਸੀਟਾਂ ਬਾਅਦ 'ਚ ਡਾਇਰੈਕਟਲੀ ਤੁਹਾਨੂੰ ਇਸ ਤਰ੍ਹਾਂ ਭਰ ਲੈਂਦੇ ਨੇ, ਇਸ ਤਰ੍ਹਾਂ ਵੀ ਹੁੰਦਾ ਹੈ ਕਿਤੇ ਕਿਤੇ, ਹਰ ਕਿਤੇ ਨਹੀਂ। ਸੋ ਇਹ ਹੋ ਗਿਆ 29 ਤਰੀਕ ਨੂੰ, ਇਹ ਯੂਨੀਵਰਸਿਟੀ ਨੂੰ ਚਲ ਗਈਆਂ ਔਰ ਯੂਨੀਵਰਸਿਟੀ ਨੇ ਉਹ ਸਾਰੇ ਕਾਲਜਾਂ ਦੀ ਜੋ ਪਰਸਨਲ ਇਨਫੋਰਮੇਸ਼ਨ ਸੀ ਕਿ ਆਹ ਸੀਟਾਂ ਖਾਲੀ ਇਸ ਕੈਟਾਗਰੀ ਦੀਆਂ, ਇਸ ਕੋਟੇ ਦੀਆਂ ਔਰ ਇਸ ਮੇਜਰ ਸਬਜੈਕਟ ਦੀਆਂ, ਉਹ ਤੁਹਾਨੂੰ ਡਿਸਪਲੇ ਕਰ ਦੇਣੀਆਂ ਕਦੋਂ, 29 ਅਗਸਤ ਨੂੰ। ਉਹ ਤੁਸੀਂ, ਮੈਂ ਇਹ ਕਹਾਂਗਾ, ਕੁਛ ਵੀ ਤੜਪਣ ਦੀ ਲੋੜ ਨਹੀਂ ਹੈ, ਆਰਾਮ ਨਾਲ ਜੋ ਮਿਲਿਆ ਹੈ ਉਹਦਾ ਥੈਂਕਸ ਕਰੋ, 29 ਦੀ ਉਡੀਕ ਕਰੋ, ਜਿਹੜੇ ਚੇਂਜ ਕਰਨਾ ਚਾਹੁੰਦੇ ਹੋ 29 ਨੂੰ, ਹੁਣ ਤਸੱਲੀ ਨਾਲ ਬੈਠ ਕੇ ਤੁਸੀਂ ਇਹ ਦੇਖੋ ਕਿ ਜਿਹੜੇ ਕਾਲਜ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਤੁਹਾਡੀ ਸਬਜੈਕਟ ਕੈਟਾਗਰੀ ਦੇ ਔਰ ਕੋਟੇ ਦੀਆਂ ਕਿੰਨੀਆਂ ਸੀਟਸ ਬਾਕੀ ਹਨ ਔਰ ਕੱਟ ਆਫ ਲਾਸਟ ਕਿੱਥੇ ਗਈ ਸੀ, ਇਹ ਵੀ, ਠੀਕ ਹੈ। ਇਹ ਜਾਣਕਾਰੀ ਲੈਣ ਤੋਂ ਬਾਅਦ ਤੁਸੀਂ ਉਹ 2-3 ਜਿਹੜੇ ਕਾਲਜ ਹਨ, ਤੁਹਾਨੂੰ ਪਤਾ ਲੱਗ ਜਾਏਗਾ, ਲਗਭਗ ਸਭ ਕੁਝ ਪਤਾ ਲੱਗ ਜਾਏਗਾ, ਮਿਲੇਗੀ ਨਹੀਂ ਮਿਲੇਗੀ, ਬਹੁਤ 80% ਜਜਮੈਂਟ ਹੋ ਜਾਏਗੀ, 20% ਨਹੀਂ, ਅਤੇ ਤੁਸੀਂ ਉਹ ਪ੍ਰੈਫਰੈਂਸ ਭਰ ਦੇਣੀ ਹੈ, ਸਬਜੈਕਟ ਬਾਰੇ ਸਭ ਕੁਝ ਤੁਹਾਨੂੰ ਪਤਾ ਹੈ। ਸੋ ਉਹ ਫਿਲ ਕਰਕੇ ਉਹ ਸੈਕਿੰਡ ਕਾਉਂਸਲਿੰਗ ਦਾ ਅੱਗਿਓਂ ਰਸਤਾ ਹੈ, ਇੱਥੇ ਤੱਕ ਅਸੀਂ ਕਰ ਸਕਦੇ ਹਾਂ, ਇਸ ਤੋਂ ਬਾਅਦ ਤੁਸੀਂ ਕੁਛ ਨਹੀਂ ਕਰ ਸਕਦੇ। ਉਹ ਯੂਨੀਵਰਸਿਟੀ ਫਿਰ ਅਲਾਟ ਕਰੇਗੀ ਤੁਹਾਨੂੰ, ਇਸੇ ਤਰ੍ਹਾਂ ਤੁਹਾਡੀ ਸਲਿੱਪ ਆਏਗੀ, ਪ੍ਰਿੰਟ ਹੋਏਗਾ, ਜਿਹਦੇ ਵਿੱਚ ਮੇਜਰ ਸਬਜੈਕਟ ਅਤੇ ਕਾਲਜ ਆ ਜਾਏਗਾ, ਉਹਨਾਂ ਦੇ ਵਿੱਚੋਂ ਫਿਰ ਕਈਆਂ ਨੂੰ ਇਹ ਸੰਤੁਸ਼ਟੀ ਮਿਲ ਜਾਏਗੀ, ਸੰਤੁਸ਼ਟੀ ਮਿਲ ਜਾਏਗੀ, ਹੈ ਨਾ, ਕਈਆਂ ਨੂੰ ਪਹਿਲੀ ਪ੍ਰੈਫਰੈਂਸ ਮਿਲੇਗੀ, ਫਿਰ ਕਈਆਂ ਨੂੰ ਦੂਸਰੀ, ਇਹ ਸਾਰਾ ਕੁਛ ਫਿਰ ਰਿਪੀਟ ਹੋਏਗਾ। ਫਿਰ ਵੀ ਨਹੀਂ ਘਬਰਾਉਣਾ ਰਾਜੇ, ਫਿਰ ਵੀ ਨਹੀਂ ਘਬਰਾਉਣਾ, ਕਿਉਂਕਿ ਥਰਡ ਕਾਉਂਸਲਿੰਗ ਵਿੱਚ ਫਲੈਕਸੀਬਿਲਟੀ ਜ਼ਿਆਦਾ ਹੁੰਦੀ ਹੈ, ਮੈਂ ਸੱਚ ਕਹਿ ਰਿਹਾ ਹਾਂ, ਜਿਹਨਾਂ ਨੇ ਪੇਪਰ ਦਿੱਤਾ ਹੈ ਉਸ ਤੋਂ ਬਾਅਦ ਮੈਨੇਜਮੈਂਟ ਕੋਟਾ ਵੀ ਪਿਆ ਹੈ। ਸੋ ਆਪਣਾ 2 ਸਾਲਾਂ ਦਾ ਦੁੱਖ ਸੁੱਖ, ਡਿਸਟੈਂਸ, ਫੀਸ, ਤੰਗ ਨਹੀਂ ਹੋਣਾ ਵਗੈਰਾ ਵਗੈਰਾ, ਹੈ ਨਾ, ਤੁਸੀਂ TET ਦੀ ਤਿਆਰੀ ਕਰ ਸਕੋ ਐਂਡ ਯੂ ਆਰ ਐਲੀਜੀਬਲ ਫੋਰ TET।
थोड़ी 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 चोगा चोगा भरते जाओ। मैं थोड़ी थोड़ी वीडियो पा भी रहा हाँ, सी टैट का जो पेपर आया है वो एक क्वेश्चन डिटेल च करना हाँ, क्योंकि तुम्हें थोड़े फंडामेंटल क्लीयर हो तो करके वो पा रहा हाँ। अदरवाइज़ वो एक मिनट च जिमें नॉर्मली करते हैं वो सॉल्व करके मैं अगे वधा है ना, तीह तीह चाली चाली क्वेश्चन एक वीडियो सॉल्व करना वो तुम्हें समझ आए। वह वीडियो जो समझा रहा हाँ उही बी एड चीज़ पढ़ना है, सो वह भी थोड़े काम का है, अलग तो भी वो टॉपिक पढ़ा देंगे ठीक। सो ये सब कुछ तुसी करना है। इस दे बावजूद भी जे कोई टेंशन रह जाती है मैनू वॉइस मैसेज करो, कोशिश करो वॉइस मैसेज करो। रीड मैन मैं इन्नी अखां ला रहा 21 घंटे मैं मतलब ला रहा है, 3 घंटे सौ रहा हाँ इन्हों दिन इस तो बाद नींद बधानी है, 3-4 घंटे बधानी है, 5-6 घंटे सौना है हाँ, तो मैं अपनी बॉडी ना इनजस्टिस कर रहा। और ये जो मैं फोन दिता है उसे वॉइस मैसेज करो, वॉइस मैसेज तो बाद जे बहुत चिंता है सच में, मैं अपने रूल तोड़े है जिंदगी दे, सिर्फ कि तुम चिंता च हो सिर्फ एक कारण करके, तुम अणींदे हो, मैं पता है अणींदा की हों, मैं सब ये पता है, ता ही मैं थोड़े दुख तक पहुँचने की कोशिश करदा कि हाई यार कोई अणींदा ना सोवें, टेंशन च ना सोवें, ता ही ये मैसेज लिखदा, चिंता ना करो, मैं फोन कर लो जे मैं भी बहुत बिजी हाँ है ना, तो फिर तुसी वो जो है जे नहीं चकदा मैं बैक कॉल कर लाँगा, दोबारा कर दूँ मैसेज। जो मैं ये पढ़ता हाँ ना कि सर प्लीज़ रिप्लाई, सर मैंने बहुत टेंशन है, मैं एकदम बैक कॉल करता जिन्हों आई उन्होंने पता है। सो ये आप कर सकते हाँ। इस तो इलावा कोई होर क्वेश्चन है फिर कमेंट करो, मैं इकट्ठे करके फिर तुहानू जानकारी देने हाँ। छोटिया छोटिया वीडियो तुहाडे छोटे छोटे क्वेश्चन ते पावांगा, क्योंकि ये क्वेश्चन आता है सर मेरे SC च सी, मैं जनरल च मिल गई, कुछ इदा दे 8-10-15 क्वेश्चन है, वो हर एक ते वक्रे उस बच्चे लिए हुण वीडियो पाउण लगा हाँ, वो तुसी जिन्हें देखनी है वो देख सकते हो ठीक है। अपना ख्याल रखना, थैंक यू।